ਸਸ਼ੀਅਕਾਲ ਮੈਂ ਜਸਵੰਦਰਪਾਲ ਚੰਨੀ ਸ਼ਾਨ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਇਸ ਸਮੇਂ ਪੰਜਾਬ ਦੇ ਬਠਿੰਡਾ ਤੋਂ ਵੱਡੀ ਖਬਰ ਆ ਰਹੀ ਹੈ ਕੁਆਲਿਫਾਇਰ ਫਾਇਰਿੰਗ ਹੋਈ ਹੈ ਤੁਹਾਨੂੰ ਦੱਸ ਦਿੰਨੇ ਆ ਇੱਕ ਵਾਰੀ ਫੇਅਰ ਫਾਇਰਿੰਗ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਫਾਇਰਿੰਗ ਕੀਤੀ ਇੱਕ ਨੌਜਵਾਨ ਵੱਲੋਂ ਜੋ ਸਾਦੀ ਪੇਸ਼ਪੁਸ਼ਾ ਵਿੱਚ ਸੀ ਉਸਨੇ ਫਾਇਰਿੰਗ ਕੀਤੀ ਹੈ ਇੱਕ ਵੱਡੀ ਖਬਰ ਮਿਲਟਰੀ ਸਟੇਸ਼ਨ ਤੇ ਬਠਿੰਡਾ ਦੇ ਤੇ ਇਹ ਹਮਲਾ ਹੋਇਆ ਇਹ ਹਮਲਾ ਕਰਨ ਵਾਲਾ ਕੌਣ ਸੀ ਇੱਕ ਵੱਡਾ ਸਵਾਲ ਸਾਰਿਆਂ ਸਾਹਮਣੇ ਜ਼ਰੂਰ ਖੜਾ ਹੈ ਪਰੰਤੂ ਤੁਹਾਨੂੰ ਦੱਸ ਦਿੰਨੇ ਆ ਕਿ ਮਿਲੀ ਜਾਣਕਾਰੀ ਅਨੁਸਾਰ ਇਹ ਵੱਡਾ ਹਮਲਾ ਕੀਤਾ ਗਿਆ ਫਲਹਾਲ ਪੁਲਿਸ ਦੇ ਐਸਐਸਪੀ ਦਾ ਵੀ ਬਿਆਨ ਆਇਆ ਕਿ ਇਹ ਅਤਵਾਦੀ ਹਮਲਾ ਨਹੀਂ ਪਰੰਤੂ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਰ ਉਹ ਫਾਇਰਿੰਗ ਕਰਨ ਵਾਲਾ ਨੌਜਵਾਨ ਕੌਣ ਸੀਗਾ ਜਿਸ ਨੇ मिलिट्री ते हमला ਕੀਤਾ جنਕੇ ਇਹ ਫਾਇਰਿੰਗ ਹੋਈ ਹੈ ਫਾਇਰਿੰਗ ਇਹ ਹਮਲਾ ਹੋਇਆ ਇੱਕ ਕਿਸਮ ਦਾ ਹਮਲਾ ਜਿਸ ਵਿੱਚ ਚਾਰ ਜਵਾਨਾਂ ਦੇ ਮਰਨ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਚੈਨਲ ਸ਼ਾਨ ਪੰਜਾਬੀ ਪੁਸ਼ਟੀ ਨਹੀਂ ਕਰਿਆ ਪਰੰਤੂ ਸੂਤਰਾਂ ਮੁਤਾਬਕ ਇਹ ਜੇ ਜਾਣਕਾਰੀ ਆ ਰਹੀ ਕਿ ਚਾਰ ਜਵਾਨ ਸ਼ਹੀਦ ਹੋ ਗਏ ਇਸ ਫਾਇਰਿੰਗ ਵਿੱਚ ਬਟਿੰਡਾ ਦੇ ਜਿਹੜਾ ਆਰਮੀ ਸਟੇਸ਼ਨ ਹੈ ਇਹ ਤੇ ਇਹ ਹਮਲਾ ਹੋਇਆ ਫਿਲਹਾਲ ਪੁਲਿਸ ਨੇ ਇਹ ਕਿ ਕਿ ਅਤਵਾਦੀ ਹਮਲਾ ਨਹੀਂ ਪਰੰਤੂ ਵੱਡੀ ਇਸ ਲਈ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਿ ਪਾਸੇ ਚਾਰ ਜਵਾਨਾਂ ਦਾ ਮਰ ਜਾਣਾ ਦੂਸਰਾ ਪੰਜਾਬ ਵਿੱਚ ਜਲੰਧਰ ਲੋਕ ਸਭਾ ਦਾ ਜਿਮਨੀ ਚੌਣਾ ਦਾ ਹੋਣਾ ਤੇ ਉਸ ਤੋਂ ਪਹਿਲਾਂ ਇਹ ਹਮਲਾ ਹੋਣਾ ਇੱਕ ਸੰਕੇਤ ਹੈ ਕਿ ਕੋਈ ਵੱਡਾ ਹਮਲਾ ਕੀਤਾ ਗਿਆ ਹੈ ਦੂਜਾ ਇਹ ਹਮਲਾ ਆਰਮੀ ਦੇ ਸਟੇਸ਼ਨ ਤੇ ਕੀਤਾ ਗਿਆ ਜੋ ਕਿ ਕਾਫੀ ਸੁਰੱਖਿਤ ਏਰੀਆ ਮੰਨਿਆ ਜਾਂਦਾ ਹੈ ਜੇ ਸੁਰੱਖਿਤ ਏਰੀਏ ਤੇ ਹਮਲਾ ਹੋ ਜਾਂਦਾ ਹੈ ਤਾਂ ਫਿਰ ਹੋਰ ਸੁਰੱਖਿਤ ਤਾਂ ਕਿਹੜੀ ਹੈ ਪਰੰਤੂ ਤੁਹਾਨੂੰ ਦੱਸ ਦਿੰਨੇ ਆ ਇੱਕ ਸਵਾਲ ਆਰਮੀ ਸਾਹਮਣੇ ਵੀ ਖੜਾ ਹੈ ਤੇ ਪੰਜਾਬ ਪੁਲਿਸ ਸਾਹਮਣੇ ਵੀ ਖੜਾ ਹੈ ਕਿ ਆਖਰ ਗੋਲੀ ਚਲਾਉਣ ਵਾਲਾ ਕੌਣ ਸੀ ਤੇ ਉਸਨੇ ਗੋਲੀਆਂ ਕਿਉਂ ਚਲਾਈਆਂ ਇਹ ਫਿਲਹਾਲ ਵੱਡਾ ਸਵਾਲ ਸਾਹਮਣੇ ਹੈ ਪਰੰਤੂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਬਟਿੰਡਾ ਆਰਮੀ ਸਟੇਸ਼ਨ ਤੇ ਕਾਮਲਾ ਹੋ ਗਿਆ ਉਥੇ ਫਾਇਰਿੰਗ ਹੁੰਦੀ ਹੈ ਇੱਕ ਨੌਜਵਾਨ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਜੋ ਸੂਤਰ ਦੱਸਦੇ ਨੇ ਜਿਨ੍ਹਾਂ ਵਿੱਚ ਚਾਰ ਜਵਾਨ ਪਹਿਲਾ ਜ਼ਖਮੀ ਹੁੰਦੇ ਨੇ ਤੇ ਉਹਨਾਂ ਦੇ ਮੌਤ ਦੀ ਪੁਸ਼ਟੀ ਵੀ ਸੂਤਰ ਕਰਦੇ ਨੇ ਫਿਲਹਾਲ ਜਿਹੜੀ ਇਹਦੀ ਪੁਸ਼ਟੀ ਹੈ ਉਹ ਨਾ ਤਾਂ ਸ਼ਾਨ ਪੰਜਾਬੀ ਕਰਦਾ ਨਾ ਹੀ ਅਧਿਕਾਰਤ ਕੋਈ ਪੁਸ਼ਟੀ ਹੋਈ ਹੈ ਪਰੰਤੂ ਤੁਹਾਨੂੰ ਦੱਸ ਦੇਣਾ ਮਿਲੀ ਜਾਣਕਾਰੀ ਅਨੁਸਾਰ ਚਾਰ ਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਦੇਖਦੇ ਹਾਂ ਇਸ ਪਿੱਛੇ ਕਿਸ ਦਾ ਹੱਥ ਹੈ ਇਹ ਸਵਾਲ ਵੱਡਾ ਹੈ ਤਾਂ ਤਾਂ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਚੈਨ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ